ਸਤਿ ਸ਼੍ਰੀ ਅਕਾਲ ਜੀ ਸੋ ਗਿੜੀ ਵਿਦ ਗੁਰਜੀਤ ਅੱਜ ਆਪਾਂ ਗਿੜੀ ਲਾਉਣ ਆ ਰਹੇ ਹਾਂ ਜੀ ਇਕੱਲੇ ਇਕੱਲੇ ਅੱਜ ਵਲੌਗ ਦੇ ਵਿੱਚ ਸ਼ੂਟ ਤੁਹਾਨੂੰ ਦਿਖਾਇਆ ਜਾਊਗਾ ਜੀ ਸਾਡੇ ਵਾਲਾ ਅਤੇ ਸਾਡੇ ਵਾਲਾ ਸ਼ੂਟ ਹੈ ਨਾ ਸੋ ਲੈਟਸ ਗੋ ਆਨ ਗਿੜੀ ਵਿਦ ਗੁਰਜੀਤ ਲਿਖਿਆ ਤਾਂ ਹੈਗਾ ਨੋ ਐਂਟਰੀ ਵਿਦਆਊਟ ਪਰਮਿਸ਼ਨ ਪਰ ਆਪਾਂ ਪਰਮਿਸ਼ਨ ਲੈ ਕੇ ਆਏ ਹਾਂ ਇੱਥੇ ਰਹਿਣਾ ਪਾਉਣ ਚਾਰ ਕੁ ਦਿਨ ਰਾਜ ਭਾਜੀ ਆ ਜਾਓ ਇਹ ਇੱਥੇ ਪੂਰਾ ਮੇਕਅਪ ਦਾ ਸਾਡਾ ਤਾਮ ਤਾਮ ਸੰਭਾਲਦੇ ਨੇ ਜੀ ਸੋ ਰੂਮ ਦੇਖੋ ਕਿੱਡਾ ਸੋਹਣਾ ਇਹਨਾਂ ਨੇ ਸਜਾਇਆ ਹੋਇਆ ਇੱਧਰ ਲਾਈਟਾਂ ਸ਼ਾਈਟਾਂ ਲੱਗੀਆਂ ਨੇ ਐਂਡ ਕੋਸਟਿਊਮ ਵੀ ਰੈਡੀ ਆ ਜੀ ਸਾਡੀ ਮਤਲਬ ਬੈਗ ਦੇ ਵਿੱਚ ਰੈਡੀ ਆ ਹਾਲੇ ਪਾਉਣੀ ਆ ਅਸੀਂ ਭਾਜੀ ਆਹ ਹਵਾ ਜੀ ਲੈਜੈਂਡਰੀ ਵਾਲ ਪਰਮਿੰਦਰ ਸਾਹਿਬ ਇਜ਼ ਦੇਅਰ ਇਹ ਨੇ ਸੰਜੇ ਦੱਤ ਦੇ ਮੰਮੀ ਮੇਰੇ ਖਿਆਲ 'ਚ ਨਾ ਸੰਜੇ ਦੱਤ ਸਾਹਿਬ ਦੇ ਮੰਮੀ ਇਹ ਨਾਮੀ ਮਧੁਬਾਲਾ ਸੀ ਯੂ ਇਨ ਦਾ ਨੈਕਸਟ ਟ੍ਰੇਨ ਵੀ ਗੋ ਕੋਸਟਿਊਮ ਇਜ਼ ਆਲਮੋਸਟ ਫਾਈਨਲਾਈਜ਼ਡ ਬੜਾ ਜੀਆਂ ਦੇਖਾ ਪਾਈ ਆ ਦੇਖੋ ਪੂਰਾ ਖਲਾਰਾ ਇੱਧਰ ਪਾਇਆ ਹੋਇਆ ਕੋਸਟਿਊਮ ਦਾ ਇੱਧਰ ਵੀ ਬੜੀਆਂ ਡਿਸਕਸ਼ਨ ਹੋਈਆਂ ਉਹ ਰਾਜ ਭਾਈ ਅਤੇ ਮੈਂ ਕਹਿ ਰਹੇ ਸੀ ਵੀ ਇਕੱਲੀ ਸ਼ਰਟ ਪਾ ਲਈਏ ਸ਼ਰਟ ਕਿਉਂਕਿ ਫਿੱਟ ਫੁੱਟ ਵਧੀਆ ਆਇਆ ਸੀਗਾ ਪਰ ਡਾਇਰੈਕਟਰ ਸਾਹਿਬ ਕਹਿੰਦੇ ਵੀ ਨਹੀਂ ਪਹਿਲਾ ਐਪੀਸੋਡ ਹੈ ਤਾਂ ਕੋਟ ਸਾਹਿਬ ਨੂੰ ਵੀ ਨਾਲ ਲੈ ਕੇ ਚੱਲਣਾ ਹੋਰ ਬਾਈ ਦੀ ਇੱਥੇ ਐਂਟਰੀ ਹੋ ਗਈ ਹੈ ਜੌਨ ਸੀਨਾ ਡੋਲਾ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਫਿਰ ਬਾਈ ਜੀ ਨੂੰ ਮੈਂ ਪਛਾਣਿਆ ਨਹੀਂ ਹੈਗਾ ਮੈਂ ਹੁਣ ਥੱਲੇ ਕੀਤਾ ਨਾ ਠੀਕ ਹੈ ਸੋ ਲੈਟਸ ਗੋ ਐਂਡ ਆ ਜਾਓ ਜੀ ਤੁਹਾਡੇ ਈਕੋ ਫਰੈਂਡਲੀ ਮਾਹੌਲ 'ਚ ਆ ਗਏ ਅਸੀਂ ਅੱਜ ਆਪਣਾ ਪਹਿਲਾ ਐਪੀਸੋਡ ਆ ਜੀ ਹੌਲੀ ਹੌਲੀ ਕਰਦੇ ਅਸੀਂ 11-12 ਐਪੀਸੋਡ ਤੱਕ ਪਹੁੰਚ ਜਾਣਾ ਸੋ ਲੈਟਸ ਰੌਕ ਚੱਕ ਪਰ ਸਿੰਘ ਤੂੰ ਮੇਰਾ ਫੋਨ ਫੜ ਲਾ ਫਿਰ ਆਪਾਂ ਸ਼ੂਟ ਕਰ ਲਈ ਹਾਂਜੀ ਬਸ ਫਿਰ ਮੈਂ ਇੱਦਾਂ ਕਰੂੰਗਾ ਤੁਸੀਂ ਧਿਆਨ ਨਾਲ ਪੜਿਓ ਫਿਰ ਅਚਾਨਕ ਲੈਂਸ 'ਤੇ ਨਜ਼ਰ ਦੇ ਕੇ ਉਹ ਅੱਛਾ ਰੈਡੀ ਹਾਂ ਆਪਾਂ ਸ਼ੈਨ ਹਾਂਜੀ ਰੈਡੀ ਆਪਾਂ ਓਕੇ ਕੱਟ ਹਾਟ ਵਾਹਿਗੁਰੂ ਸਤਿ ਸ਼੍ਰੀ ਅਕਾਲ ਪੰਜਾਬੀ ਹੋ ਕਿਵੇਂ ਹੋ ਜੀ ਸਾਰੇ ਜਣੇ ਕੈਮ ਹੋ ਮੈਂ ਜੀ ਤੁਹਾਡਾ ਆਪਣਾ ਗੁਰਜੀਤ ਸਿੰਘ All set for the new episode and with a new costume. They are in the same team that you like to put on over here. Oh, tawe, 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 bhi munda dino din sona hoi jave. Eh? Oh, munda dino din sona hoi jave. Bhai, kaadi hai nu lor chad gai. Bhai, kaadi hai nu lor chad gai. Munda badal badal lide paave. Kaadi hai nu lor chad gai. ਬਦਲ ਬਦਲ ਲੀੜੇ ਪਾਵੇ ਕਾਦੀਆਂ ਨੇ ਲੋੜ ਚੜ ਗਈ ਏ ਬਦਲ ਬਦਲ ਲੀੜੇ ਪਾਵੇ ਓਏ ਹਾਂ ਸੋ ਇਟਸ ਲਾਈਕ ਪੈਕ ਅਪ ਫॉर द डे ਤੇ ਅਗਲਾ ਹਾਂਜੀ ਅੱਜ ਸਾਨੂੰ ਬਹੁਤ ਮਜ਼ਾ ਆਇਆ ਤੇ ਅਗਲੀ ਵਾਰ ਵੀ ਆਪਾਂ ਇੱਕ ਦਿਨ ਚ ਤਿੰਨ ਐਪੀਸੋਡ ਕਰਾਂਗੇ ਵੀ ਹੈਡ ਅ ਵੈਰੀ ਹੈਕਟਿਕ ਡੇ ਟੂਡੇ ਤੇ ਦੇਖਦੇ ਹਾਂ ਕਿ ਨੈਕਸਟ ਸ਼ੈਡਿਊਲ ਸਾਡਾ ਕਦੋਂ ਪਲਾਨ ਹੋਊਗਾ ਕੀ ਬਾਤ ਥੈਂਕ ਯੂ ਚਾਕਲੇਟ ਵੀ ਖਵਾਇਆ ਜਨਾਂ ਨੇ ਇਹ ਜੀ ਗੱਲ ਨਹੀਂ ਹੈਗੀ ਸੋ ਥੈਂਕ ਯੂ ਭਾਜੀ ਥੈਂਕ ਯੂ ਅਮਨ ਭਾਜੀ ਡੀਓਪੀ ਸਾਹਿਬ ਧੰਨਵਾਦ ਓ ਵਾਹ ਜੀ ਵਾਹ ਨਿਕਲ ਕੇ ਆਇਆ ਹੁਣ ਸੋ ਮਿਲਦੇ ਹਾਂ ਜੀ ਹੈਲੋ ਜੀ ਹੈਲੋ ਆਪਾਂ ਕੱਪੜੇ ਚੇਂਜ ਕਰ ਕਰਕੇ ਵਾਰ ਵਾਰ ਸੈੱਟ 'ਤੇ ਆਈ ਜਾ ਰਹੇ ਪਰ ਮਾਹੌਲ ਅੱਜ ਬਣ ਨਹੀਂ ਰੱਖੇ ਪਰ ਸ਼ੂਟਿੰਗ ਇੱਦਾਂ ਵੀ ਹੈ ਨਾ ਕੰਮ ਹੋ ਜਾਂਦਾ ਵੀ ਰੁਕ ਜਾਂਦੀਆਂ ਨੇ ਸੋ ਡਿਸਕਸ਼ਨਾਂ ਚੱਲਦੀਆਂ ਕੁਝ ਟੈਕਨੀਕਲੀ ਮਤਲਬ ਦਾ ਇਸ਼ੂ ਆਇਆ ਡੀਓਪੀ ਸਾਹਿਬ ਲੱਗੇ ਹੋਏ ਆ ਭੱਜ ਨੱਠ ਦੇ ਕਰਨ ਪਰ ਵੇਟ ਕਰ ਰਹੇ ਜੀ ਕਿ ਅਗਲਾ ਜਿਹੜਾ ਸਾਡਾ ਐਪੀਸੋਡ ਆ ਸ਼ੁਰੂ ਹੋਵੇ ਜਲਦੀ ਜਲਦੀ ਐਵਰੀਵਨ ਇਜ਼ ਵੇਟਿੰਗ ਦਾ ਲਾਈਟਸ ਔਨ ਕੈਮਰਾ ਔਨ ਹੋ ਰਿਹਾ ਜੀ ਤੇ ਨਾਲ ਹੀ ਫਿਰ ਸਾਡਾ ਵਲੌਗ ਵੀ ਸ਼ੁਰੂ ਹੋ ਜਾਏਗਾ ਚੀਅਰਸ ਸਟੇ ਟਿਊਨਡ ਸੋ ਇਟਸ ਅ ਬ੍ਰੇਕ ਟਾਈਮ ਤੇ ਬ੍ਰੇਕ ਟਾਈਮ ਦੇ ਵਿੱਚ ਬਾਈ ਕੀ ਲੈ ਕੇ ਆਇਆ ਨਾਸ਼ਤਾ ਕਹਤੇ ਹੈ ਹਮ ਇਸਕੋ ਹਾਂਜੀ ਹਾਂਜੀ ਭਾਜੀ ਜਿਹੜੇ ਅਮਨ ਸਰ ਨੇ ਨਾ ਸਾਡੇ ਹਾਂਜੀ ਉਹ ਬਹੁਤ ਗੁੱਸੇ ਵਾਲੇ ਨੇ ਓਹੋ ਐ ਕਰੋ ਇੱਕ ਕੰਬਲ ਕੰਬਲ ਦਾ ਇੰਤਜ਼ਾਮ ਕਰੋ ਆਪਾਂ ਫਿਰ ਕੰਬਲ ਕਟਾਈ ਕਰਕੇ ਦੇਖੀ ਅੱਜ ਉਹਨਾਂ ਕਿਸ ਕਿਸ ਦਾ ਲੰਗਰ ਪਹੁੰਚ ਚੁੱਕਿਆ ਜੀ ਭੰਡਾਰਾ ਲੱਗਿਆ ਹੋਇਆ ਜੀ ਮੱਲਾ ਮਾਰਨ ਜਾ ਰਹੇ ਹਾਂ ਭਾਈ ਦਿਖਾਵੇ ਮੜ ਜੀ ਓਏ ਹੋਏ ਓਏ ਹੋਏ ਭਰਮੀ ਕਚੌੜੀ ਦੇ ਨਾਲ ਕਿਹੜੀ ਚਾਹ ਤੇ ਇੱਧਰ ਦੇਖੋ ਜੀ ਸਾਡੇ ਪਿੱਛੇ ਡੀਓਪੀ ਸਾਹਿਬ ਵੀ ਪਿੱਛੇ ਨਹੀਂ ਹਟ ਰਹੇ ਇਹ ਵੀ ਭਰਮੀ ਕਚੌੜੀ ਦੇ ਨਾਲ ਲਾਲ ਚਟਣੀ ਤੇ ਨਾਲ ਕਿਹੜੀ ਚਾਹ
ਤੇ ਦਿਖਾਉਂਦੀ ਆ ਅੱਜ ਰਾਤ ਨੂੰ ਵੀ ਸਾਨੂੰ ਰਾਹ ਤੇ ਚਾ ਮੈਨੂੰ ਵੀ ਦਿਖਾ ਰਹੀ ਆ ਰਾਹ ਸੋ ਲਓ ਜੀ ਆਪਾਂ ਹੁਣ ਅੱਜ ਦਾ ਜਿਹੜਾ ਲਾਸਟ ਐਪੀਸੋਡ ਉਹਦੇ ਲਈ ਤਿਆਰੀ ਹੋ ਗਈ ਆ ਯੈਲੋ ਯੈਲੋ ਐਂਡ ਹੈਪੀ ਫੈਲੋ ਲਾਸਟ ਸ਼ੂਟ ਵਿੱਚ ਪਹਿਲੇ ਸ਼ੂਟ ਦਾ ਮਾਹੌਲ ਪਾਰਸ ਦਾ ਮੇਕਅਪ ਬਣਾਉਗਾ ਹੋਰ ਕਿੰਨੇ ਤਿੰਨ ਪੈਣੇ ਆਪਾਂ ਹਾਂਜੀ ਤਿੰਨ ਕਿੰਨੇ ਤਿੰਨ 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 ਸੋ ਤਿੰਨ ਐਪੀਸੋਡ ਹੋਰ ਪਏ ਨੇ ਜੀ ਸੋ ਤਿੰਨ ਐਪੀਸੋਡ ਤੋਂ ਬਾਅਦ ਫਿਰ ਅਸੀਂ ਫਤਿਹ ਬੁਲਾਵਾਂਗੇ ਅਤੇ ਤੁਸੀਂ ਫਿਰ ਟੀ ਵੀ ਦੇਖੋ ਸਾਡੀ ਬਾਏ ਕਰਕੇ ਹੁਣ ਅਸੀਂ ਲਾਸਟ ਐਪੀਸੋਡ ਤਿਆਰ ਹੋਣਾ ਤੇ ਜਿਹੜਾ ਕੈਮਰੇ ਦੇ ਪਿੱਛੇ ਬੰਦਾ ਉਹ ਬੜਾ ਉਤਸੁਕ ਆ ਕੈਮਰੇ ਦੇ ਵਿੱਚ ਆਉਣ ਦੇ ਲਈ ਚਾਹ ਲਿਆ ਯਾਰ ਤੂੰ ਰਸ ਮਾਰ ਹਾਂਜੀ ਲਓ ਜੀ ਲਾਸਟ ਲਾੜ ਆਪਾਂ ਬਸ ਹੁਣ ਇਹ ਲਾ ਛੱਡਣਾ ਤੇ ਇਹ ਤੋਂ ਬਾਅਦ ਸਟੂਡੀਓ 'ਚ ਆਪਾਂ ਨੇ ਚਲੇ ਜਾਣਾ ਹੁਣ ਲਾਸਟ ਐਪੀਸੋਡ ਹੈ ਫਿਰ ਮੇਰੇ ਖਿਆਲ 'ਚ ਆਪਣਾ ਜਿਹੜਾ ਵਲੋਗ ਆ ਕੰਪਲੀਟ ਹੋ ਜਾਣਾ ਸੋ ਤੁਸੀਂ ਦੇਖਿਆ ਬੈਕ ਟੂ ਬੈਕ ਕਿੱਡੀ ਨੱਠ ਭੱਜ ਪਈ ਰਹੀ ਹੈ ਕੁਝ ਕੁ ਬੇਸ਼ੱਕ ਅਸੀਂ ਨਾ ਦਿਖਾਇਆ ਹੁਣ ਅਸੀਂ ਕੰਪਲੀਟ ਕੀਤੇ ਨੇ ਜੀ ਚਾਰ ਦਿਨ ਦੇ ਵਿੱਚ ਪਾਰਸ ਕਿੰਨੇ ਐਪੀਸੋਡ ਆ ਗਏ ਉਹਨੇ 12 12 ਆ ਗਏ ਜੀ 4 ਦਿਨ ਚ 12 ਐਪੀਸੋਡ ਕੰਪਲੀਟ ਕੀਤੇ ਆ ਛੋਟੀ ਮੋਟੀ ਗੱਲ ਥੋੜਾ ਕੋਈ ਹੈ ਇੱਥੇ ਮੈਂ ਕੀ ਕਰ ਰਿਹਾ ਵੈਲ ਇੱਥੇ ਇੱਕ ਸਪੈਸ਼ਲ ਸ਼ੋਅ ਚੱਲ ਰਿਹਾ ਸੋ ਮੇਰਾ ਸ਼ੋਅ ਵੀ ਦੇਖਿਓ ਐਵਰੀਬਾਡੀ ਇਸ ਇੰਜੋਇੰਗ ਕਚੋਰੀਜ਼